ਸੋਚਿਆ ਜੀ ਬਲੋਕ ਖਮੀ ਮਹਿੰਗੇ ਪੈਂਦੇ ਆ ਜੀ, ਇਹ ਇੱਕ ਬਲੋਕ 9 ਇੱਟਾਂ ਕਵਰ ਕਰਦਾ ਜੀ, ਕੋਠੀ ਤੇ 2 ਕਰੋੜ ਰੁਪਈਆ ਲਾ ਦਿੰਦੇ ਆ ਜੀ, ਪਰ ਬਾਅਦ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਨਾ ਜੀ ਸ਼ੋਰੇ ਨੂੰ ਲੈ ਕੇ ਜੀ, ਉਹ ਇਹਦਾ ਕੋਈ ਇਲਾਜ ਹੀ ਹੈ ਨੀ ਜੀ। ਬਲੋਕ ਸਰਦੀ ਗਰਮੀ ਦਾ ਜਿਹੜਾ ਤਾਪਮਾਨ ਆ ਉਹਨੂੰ ਪੂਰਾ ਮੇਨਟੇਨ ਰੱਖਦਾ ਵੀ 2 ਕੋਠੀਆਂ ਬਣਾਈਆਂ ਜੀ, ਤੇ ਸਾਨੂੰ ਉਹਦੇ ਚ ਕੋਈ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਆਈ ਜੀ। ਜਿੱਥੇ ਕੋਠੀ ਮੰਨ ਕੇ ਚੱਲੋ 1.5 ਸਾਲ ਦੇ ਵਿੱਚ ਤਿਆਰ ਹੁੰਦੀ ਆ, ਮੰਨ ਕੇ ਚੱਲੋ ਵੀ ਉਹ 2-3 ਮਹੀਨੇ ਪਹਿਲਾਂ ਤਿਆਰ ਹੋ ਜਾਂਦੀ ਆ। ਬਲੋਕ ਦੀ ਫਿਟਿੰਗ ਹੀ ਇੰਨੀ ਕੁ ਵਧੀਆ, ਡ੍ਰੈਸਿੰਗ ਇੰਨੀ ਕੁ ਹੈ ਕਿ ਬਲੋਕ ਜਿੱਥੋਂ ਕੱਟੋ ਉੱਥੋਂ ਹੀ ਕੱਟੀਦਾ। ਦੇਖੋ ਡਾਇਨਾਮਿਕ ਦੇ ਬਲੋਕ ਦੇ ਵਿੱਚ ਇੰਨੀ ਅੱਛੀ ਫਿਨਿਸ਼ਿੰਗ ਆ ਤੇ ਇੰਨਾ ਅੱਛਾ ਬਲੋਕ ਆ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਤੁਹਾਨੂੰ ਝਿੜੀ ਮਾਰਨੀ ਔਖੀ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਪੰਜਾਬ ਦੇ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਘਰ ਬਣ ਰਹੇ ਨੇ, ਤਾਂ ਇੱਕ ਟ੍ਰੈਂਡਿੰਗ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈਗਾ ਜਿਹੜੇ ਬਲੋਕ ਆ, ਇੰਟਰਲੋਕ ਬਲੋਕ ਵੀ ਚੱਲ ਰਹੇ ਨੇ, ਕੰਕਰੀਟ ਬਲੋਕ ਵੀ ਚੱਲ ਰਹੇ ਨੇ, ਅਤੇ ਇਹ ਜਿਹੜੇ ਕੰਕਰੀਟ ਬਲੋਕ ਆ ਇਹਦੇ ਨਾਲ ਨਾ ਇੱਕ ਬਹੁਤ ਵੱਡੀ ਹਵੇਲੀ ਬਣੀ ਹੋਈ ਆ। ਜਿਵੇਂ ਆਪਾਂ ਪਹਿਲਾਂ ਜਿਹੜੇ ਘਰ ਦਿਖਾਏ ਸੀ ਉਹ ਸਿੰਗਲ ਸਟੋਰੀ ਸੀ, ਵੱਧ ਤੋਂ ਵੱਧ ਡਬਲ ਸਟੋਰੀ ਸੀ, ਇਹ 4 ਮੰਜ਼ਲੀ ਹਵੇਲੀ ਬਣੀ ਹੋਈ ਹੈ, ਤਾਂ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਾਂ ਆਮ ਟ੍ਰੈਡੀਸ਼ਨਲ ਮੈਥਡ ਚੱਲਦਾ ਇੱਟਾਂ ਵਾਲੀ ਜ਼ਿਆਦਾਤਰ ਘਰ ਬਣਦੇ ਆਏ ਨੇ, ਹਾਂਜੀ ਹਾਂਜੀ, ਅਤੇ ਤੁਸੀਂ ਫਿਰ ਬਲੋਕਾਂ ਨਾਲ ਬਣਾਉਣ ਦਾ ਕਿਵੇਂ ਡਿਸੀਜਨ ਲਿੱਤਾ ਜੀ? ਦੇਖੋ ਜੀ, ਜਿਹੜਾ ਇੱਟ ਦਾ ਕੰਮ ਹੈ ਨਾ ਜੀ, ਇਹਨੂੰ ਕਲਰ ਨਹੀਂ ਜਾ ਰਿਹਾ ਹੈਗਾ ਇਹਦਾ, ਠੀਕ ਹੈ ਜੀ, ਸ਼ੋਰਾ ਬਹੁਤ ਆਉਂਦਾ, ਅਸੀਂ ਕੋਠੀ 'ਤੇ 2 ਕਰੋੜ ਰੁਪਈਆ ਲਾ ਦਿੰਦੇ ਹਾਂ ਜੀ, ਪਰ ਬਾਅਦ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਜੀ ਸ਼ੋਰੇ ਨੂੰ ਲੈ ਕੇ ਜੀ, ਉਹ ਇਹਦਾ ਕੋਈ ਇਲਾਜ ਹੀ ਹੈ ਨਹੀਂ ਗਾ, ਠੀਕ ਹੈ ਜੀ, ਸ਼ੋਰਾ ਸਲਾਬ ਤੰਗ ਕਰਨ ਨਹੀਂ ਛੱਡਦਾ। ਹਾਂਜੀ ਹਾਂਜੀ, ਇਸ ਕਰਕੇ ਅਸੀਂ ਪਹਿਲਾਂ ਵੀ 2 ਕੋਠੀਆਂ ਬਣਾਈਆਂ ਜੀ, ਅਤੇ ਸਾਨੂੰ ਉਹਦੇ 'ਚ ਕੋਈ ਕਿਸੇ ਕਿਸਮ ਦੀ ਕੋਈ ਕੰਪਲੇਂਟ ਨਹੀਂ ਆਏਗੀ, ਠੀਕ ਹੈ ਜੀ, ਮੈਂ ਬਿਲਡਰ ਹੈ। ਅੱਛਾ, ਤੁਸੀਂ ਇਹੋ ਜਿਹੇ ਬਿਲਡਰ ਹੋ ਜੀ, ਹਾਂਜੀ, ਚੱਲਦੇ ਸ਼ਾਮੇ ਨੂੰ, ਠੀਕ ਹੈ ਜੀ, ਅਤੇ ਕੋਠੀਆਂ ਬਣਾ ਕੇ ਸੇਲ ਕਰਦਾ ਜੀ, ਠੀਕ ਹੈ ਜੀ, ਅਤੇ ਇਹ ਜਿਹੜਾ ਬਲੋਕ ਆ ਜੀ ਜੀ, ਬਲੋਕ ਸਰਦੀ ਗਰਮੀ ਦਾ ਜਿਹੜਾ ਤਾਪਮਾਨ ਆ ਉਹਨੂੰ ਪੂਰਾ ਮੇਨਟੇਨ ਰੱਖਦਾ, ਠੀਕ ਹੈ ਜੀ, ਠੀਕ ਹੈ ਨਾ ਜੀ ਜੀ, ਅਤੇ ਬਾਕੀ ਇਹਦਾ ਇੱਥੇ ਖਰਚਾ ਵੀ ਉਹਦੇ ਨਾਲੋਂ ਘੱਟ ਹੁੰਦਾ। ਕਿੰਨਾ ਕੁ ਘੱਟ ਹੁੰਦਾ ਜੀ, ਇੱਕ ਕਹਿਣ 'ਚ ਆ ਜਾਂਦਾ ਕਿ ਮਤਲਬ ਬਾਕੀ ਤੁਸੀਂ ਲੋਕਾਂ ਦਾ ਬਿਲਡਰ ਸੋਚ ਹੈ ਜੀ, ਬਲੋਕ ਖਮਣੀ ਮਹਿੰਗੇ ਪੈਂਦੇ ਆ ਜੀ, ਇਹ ਇੱਕ ਬਲੋਕ 9 ਇੱਟਾਂ ਕਵਰ ਕਰਦਾ ਜੀ, ਬਿਲਕੁਲ ਜੀ, ਹੁਣ 9 ਇੱਟਾਂ ਦੇ ਵਿੱਚ ਮਸਾਲਾ ਪੈਣਾ ਜੀ, ਕਿੱਥੇ ਇੱਕ ਬਲੋਕ ਲੱਗ ਜਾਂਦਾ, ਇੱਕ ਬਲੋਕ 'ਚ ਇੱਥੋਂ ਪੈਣਾ ਜੀ, ਉੱਤੋਂ ਸਫਾਈ ਪਲਸਤਰ 'ਚ ਵੀ ਇਹ ਬਚਦਾ। ਅੱਛਾ, ਦੂਸਰੀ ਗੱਲ ਇਹ ਆ ਜੀ, ਇਹਦੇ 'ਚ ਕੋਈ ਝਰੀ ਮਾਰਨ ਦੀ ਕੋਈ ਪ੍ਰੋਬਲਮ ਨਹੀਂ, ਆਹ ਦੇਖੋ ਝਰੀ ਵੱਜੀ ਵੀ ਆ ਜੀ, ਬਿਲਕੁਲ ਕਟਰ ਦੇ ਨਾਲ, ਬਿਲਕੁਲ ਸੈਨੀਟੇਸ਼ਨ ਦਾ ਕੰਮ ਕੀਤਾ, ਉਹ ਵੀ ਕੋਈ ਪ੍ਰੋਬਲਮ ਨਹੀਂ ਆਏਗੀ, ਕਿਸੇ ਪਲੰਬਰ ਨੂੰ ਨਹੀਂ ਆਈ, ਕਿਸੇ ਇਲੈਕਟ੍ਰੀਸ਼ਨ ਨੂੰ ਨਹੀਂ ਆਈ, ਠੀਕ ਹੈ ਜੀ, ਠੀਕ ਹੈ ਨਾ ਜੀ, ਅਤੇ ਕੰਮ ਬਹੁਤ ਸਫਾਈ ਨਾਲ ਹੁੰਦਾ ਇਹਦੇ 'ਤੇ, ਸਮੇਂ ਦੀ ਬੱਚਤ ਹੁੰਦੀ ਹੋਈ ਜੀ, ਜਲਦੀ ਸਮੇਂ ਦੀ ਬਹੁਤ ਜ਼ਿਆਦਾ ਜੀ, ਜਿੱਥੇ ਕੋਠੀ ਮੰਨ ਕੇ ਚੱਲੋ 1.5 ਸਾਲ ਦੇ ਵਿੱਚ ਤਿਆਰ ਹੁੰਦੀ ਆ, ਮੰਨ ਕੇ ਚੱਲੋ ਵੀ ਉਹ 2-3 ਮਹੀਨੇ ਪਹਿਲਾਂ ਤਿਆਰ ਹੋ ਜਾਂਦੀ ਆ, ਠੀਕ ਹੈ ਜੀ, ਠੀਕ ਹੈ ਨਾ ਜੀ, ਪਲਸਤਰ ਵੀ ਇਹਤੇ ਸਾਫ਼ ਹੁੰਦਾ, ਅੰਦਰ ਵੀ ਚੱਲਦੇ ਆਪਾਂ, ਅੰਦਰ ਪਲਸਤਰ ਵੀ ਦਿਖਾਵਾਂਗੇ ਜੀ, ਹਾਂਜੀ, ਤੇ ਗੱਲ ਜੋ ਆਰਚ ਆ ਸਾਰੀ ਇਹ ਬਲੋਕਾਂ ਦੀ ਬਣੀ ਹੋਈ ਆ ਜੀ, ਠੀਕ ਹੈ ਜੀ, ਇੱਥੇ ਕੋਈ ਇੱਟ ਨਹੀਂ ਲੱਗੀ ਹੈਗੀ, ਕੋਈ ਇੱਟ ਨਹੀਂ, ਠੀਕ ਹੈ ਜੀ, ਠੀਕ ਹੈ ਨਾ ਜੀ, ਆ ਦੇਖੋ ਸਾਰੀਆਂ ਆਰਚਾਂ। ਮਤਲਬ ਦੋਸਤੋ ਵੀ ਟ੍ਰੈਡੀਸ਼ਨਲ ਤਰੀਕੇ ਜਿਹੜੇ ਆਪਾਂ ਕਲਾਸੀਕਲ ਦਾ ਲੁੱਕ ਦੇਣੀ ਆ, ਜ਼ਿਆਦਾਤਰ ਹਵੇਲੀ ਤੁਸੀਂ ਦੇਖੋ ਇਹ ਕਲਾਸੀਕਲ 'ਚ ਬਣੀ ਹੋਈ ਹੈਗੀ, ਇੱਟਾਂ ਨਾਲ ਹੀ ਦਿੰਦੇ ਆ ਜੀ, ਹਾਂਜੀ, ਵੀ ਤੁਸੀਂ ਬਲੋਕਾਂ ਨਾਲ ਵੀ ਉਹ ਚੀਜ਼ ਬਣਾ ਸਕਦੇ ਹੋ, ਬਿਲਕੁਲ ਜੀ, ਬਣਦੀ ਆ ਦੇਖੋ ਜੀ। ਇੱਕ ਨਾ ਇੱਥੇ ਸਭ ਤੋਂ ਪੁਆਇੰਟ ਵੱਡਾ ਆ ਜਾਂਦਾ ਜਦੋਂ ਆਪਾਂ ਅੰਦਰ ਐਂਟਰ ਹੁੰਦੇ ਜੀ ਕੋਠੀ ਦੇ ਜੀ, ਵੀ ਛੱਤ ਥੱਲੇ ਜਦੋਂ ਬੰਦਾ ਹੁੰਦਾ ਨਾ, ਇੱਕ ਬੰਦੇ ਨੂੰ ਡਰ ਹੁੰਦਾ ਹੈ ਵੀ ਮਜ਼ਬੂਤੀ ਵਾਲਾ ਚੱਕਰ, ਤੁਸੀਂ ਤਾਂ ਐਜ਼ ਏ ਬਿਲਡਰ ਕੰਮ ਕਰ ਰਹੇ ਹੋ, ਦੂਜੇ ਟ੍ਰੈਡੀਸ਼ਨਲ ਮੈਥਡ ਨਾਲ ਮਜ਼ਬੂਤੀ ਦਾ ਕਿੰਨਾ ਕੁ ਫਰਕ ਹੈ? ਮਜ਼ਬੂਤੀ ਦੇਖੋ ਜੀ, ਜਿਹੜੀ ਆਪਾਂ ਇੱਟਾਂ ਦੀ ਬਿਲਡਿੰਗ ਬਣਾਉਣੇ ਆ ਨਾ ਜੀ, ਪਿੱਲਰ ਉਹਦੇ 'ਚ ਵੀ ਦੇਣੇ ਪੈਂਦੇ ਆ ਜੀ, ਪਿੱਲਰ ਇਹਦੇ 'ਚ ਵੀ ਦੇਣੇ ਪੈਂਦੇ ਆ, ਠੀਕ ਹੈ ਜੀ, ਟਾਈ ਬੀਮ ਉਹ 'ਚ ਵੀ ਪੈਂਦਾ ਜੀ, ਟਾਈ ਬੀਮ ਇਹ 'ਚ ਵੀ ਪੈਂਦਾ ਇਹਦੇ 'ਤੇ, ਹਾਲਾਂਕਿ ਆ ਦੇਖੋ ਮੈਂ ਜਿੱਥੇ ਮੈਨੂੰ ਜ਼ਰੂਰਤ ਸੀਗੀ ਮੈਂ ਉੱਥੇ ਟਾਈ ਬੀਮ ਪਾਇਆ, ਅਦਰਵਾਈਜ਼ ਮੈਂ ਉੱਥੇ ਟਾਈ ਬੀਮ ਨਹੀਂ ਪਾਇਆ, ਬਲੋਕ ਨੂੰ ਪਾੜ ਕੇ ਵਿਚਾਲੇ ਉਹਦੇ ਸਰੀਆ ਰੱਖ ਕੇ ਕੰਕਰੀਟ ਕਰਤੀ ਆ, ਜਾਂ ਮੈਂ ਸੀਮੈਂਟ ਦੇ ਬੱਤੇ ਰੱਖਤੇ ਆ,
ਠੀਕ ਹੈ ਜੀ, ਇੱਥੋਂ ਅੰਦਰੋਂ ਪਾੜ ਕੇ ਤੁਸੀਂ ਇੱਥੋਂ ਹਾਂ ਵਿੱਚ ਸਰੀਆ ਪਾ ਕੇ ਸਿਮੈਂਟ ਭਰਤਾ? ਹਾਂਜੀ ਹਾਂਜੀ, ਇੱਕ ਤਰ੍ਹਾਂ ਦਾ ਬੀਮ ਵਾਂਗੂ ਲੱਗ ਗਿਆ। ਹਾਂਜੀ ਹਾਂਜੀ ਜੀ, ਅਤੇ ਮਜ਼ਬੂਤੀ ਮੈਂ ਤਾਂ ਇਹ ਕਹੂੰਗਾ ਵੀ ਇੱਟ ਦੇ ਨਾਲੋਂ ਜ਼ਿਆਦਾ ਮਜ਼ਬੂਤੀ ਆ ਜੀ ਇਹਦੀ। ਜੀ ਠੀਕ ਹੈ ਨਾ ਜੀ ਜੀ। ਅਤੇ ਅੱਗੇ ਦੋਸਤ ਤੁਸੀਂ ਦੇਖ ਵੀ ਸਕਦੇ ਹੋ ਵੀ ਠੋਸ ਜਿਹੜੇ ਬਲੋਕ ਨੇ ਇਹ, ਨਾ ਕਿ ਮਤਲਬ ਜੇ ਆਪਾਂ ਕਹਿ ਦਈਏ ਵਿੱਚ ਕੋਈ ਪ੍ਰੋਬਲਮ ਰਹੂਗੀ। ਅਤੇ ਹੁਣ ਪਲਸਤਰ ਦਾ ਕੰਮ ਦਿਖਾ ਦਈਏ। ਹਾਂ ਪਲਸਤਰ ਦੇਖੋ ਜੀ, ਅਸੀਂ ਇਹਦੇ 'ਤੇ ਪਲਸਤਰ ਇੱਟ 'ਤੇ ਡੇਢਾ ਪਲਸਤਰ ਲੱਗਦਾ ਜੀ। ਠੀਕ ਹੈ ਜੀ, ਠੀਕ ਹੈ ਨਾ, ਇਹ 'ਤੇ ਸਾਡਾ 2000 ਲੱਗਾ ਹੋਇਆ। ਆਹ ਦੇਖੋ ਹਾਂਜੀ, 2500-3000 ਸੂਤ ਜੇ ਮਿਸਤਰੀ ਸਹੀ ਕੰਮ ਕਰਨ ਵਾਲਾ ਹੋਵੇ ਨਾ। ਬਿਲਕੁਲ, ਆਹ ਦੇਖੋ ਅਸੀਂ ਬਿਲਕੁਲ ਥੱਲੇ ਤੋਂ ਲੈ ਕੇ ਉੱਪਰ ਤੱਕ ਤੁਸੀਂ 10 ਫੁੱਟ ਦਾ ਗਾਜ ਲਾ ਲਓ। ਠੀਕ ਹੈ ਜੀ, ਪਲਸਤਰ ਨੂੰ ਜੀ ਇਹਦੀ ਸਫਾਈ ਬਹੁਤ ਹੁੰਦੀ ਹੈ ਜੀ। ਜੀ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈਗੀ। ਹਾਂਜੀ, ਉੱਧਰ ਤੁਸੀਂ ਦੇਖ ਵੀ ਸਕਦੇ, ਇੱਧਰ ਮਿਸਤਰੀ ਪਲਸਤਰ ਕਰ ਰਹੇ ਨੇ ਅਤੇ ਆਹ ਬੈਕ ਸਾਈਡ 'ਤੇ ਹੋਇਆ ਵੀ ਹੋਇਆਗਾ। ਆਹ ਦੇਖੋ, ਆਹ ਸਾਰੇ 2000 ਲੱਗੇ ਹੋਏ ਆ ਜੀ। ਸਾਰਾ ਪਲਸਤਰ ਅਸੀਂ ਆਹ ਛੱਤ ਦਿਖਾ ਦਿਓ ਬਾਈ ਨਾਲੇ। ਹਾਂਜੀ, ਆਹ ਛੱਤ ਅਸੀਂ ਪਲਸਤਰ ਕੀਤੀ ਆ ਜੀ। ਆਮ ਕਹਿੰਦੇ RCC ਲੈਂਟਰ ਪਲਸਤਰ ਨਹੀਂ ਹੁੰਦਾ, ਦੇਖੋ ਅਸੀਂ ਪਲਸਤਰ ਕੀਤਾ ਵਾ ਜੀ। ਸਾਰੇ ਰਸ਼ ਮਾਰਿਆ ਵਾ ਅਸੀਂ ਜੀ। ਆਹ ਦੇਖੋ, ਪਲਸਤਰ ਕਰਨ ਵਾਸਤੇ ਸਾਰਾ ਰਸ਼ ਮਾਰਿਆ ਵਾ ਇਹਦੇ 'ਤੇ। ਠੀਕ ਹੈ ਜੀ, ਉਹ ਸਾਰਾ ਰਸ਼ ਲੱਗਾ ਵਾ ਜੀ। ਜੀ ਅਤੇ ਜਿਵੇਂ ਬਾਈ ਜੀ ਹੋਰਾਂ ਦੇ ਨਾ ਅਸੀਂ ਵੀਡੀਓ ਕਰੀਏ ਬਲੋਕਾਂ ਦੇ ਉੱਤੇ ਜੀ, ਉਹ ਕਹਿੰਦੇ ਨਿਓਂ ਵੀ ਬਲੋਕਾਂ ਨਾਲ ਭਰ ਸਕਦੇ ਆਪਾਂ? ਹਾਂਜੀ ਹਾਂਜੀ, ਬਿਲਕੁਲ ਭਰੀ ਜਾਂਦੀ ਹੈ ਜੀ ਨਿਓਂ। ਠੀਕ ਹੈ ਜੀ, ਇੱਥੇ ਆਪਾਂ ਇੱਟਾਂ ਨਾਲ ਭਰੀ ਹੋਈ ਕਿ ਬਲੋਕਾਂ ਨਾਲ? ਇੱਥੇ ਅਸੀਂ ਜੀ, ਪਹਿਲਾਂ ਸਾਡਾ ਸੀਗਾ ਸੋਚ ਸੀਗੀ ਇੱਟਾਂ ਦੀ। ਠੀਕ ਹੈ ਜੀ, ਅਸੀਂ ਨਿਓਂ ਇੱਟਾਂ ਨਾਲ ਭਰ ਚੁੱਕੇ ਸੀਗੇ। ਠੀਕ ਹੈ ਜੀ, ਠੀਕ ਹੈ ਨਾ ਜੀ, ਭਰੀ ਜਾ ਸਕਦੀ ਆ। ਫਿਰ ਬਾਅਦ ਦੇ ਵਿੱਚ ਸਾਡੀ ਪਲੇਨਿੰਗ ਬਣੀ ਵੀ ਬਲੋਕ ਲਾਓ। ਠੀਕ ਹੈ ਜੀ, ਫਿਰ ਅਸੀਂ ਸਾਰਾ ਟੋਟਲ ਹੀ ਬਲੋਕ ਲਾਇਆ। ਠੀਕ ਹੈ ਜੀ, ਅਤੇ ਸਰ ਜਿਵੇਂ ਸਾਰਾ ਘਰ ਤੁਸੀਂ ਬਣਾਇਆ ਹੈਗਾ, ਬਹੁਤ ਸੋਹਣਾ ਘਰ ਬਣਿਆ ਹੋਇਆ, ਹਾਂਜੀ, ਕੋਈ ਦਿੱਕਤ ਆਈ ਹੋਵੇ ਵੀ ਆਹ ਚੀਜ਼ਾਂ ਧਿਆਨ ਰੱਖ ਲਈ, ਜਾਂ ਮਿਸਤਰੀਆਂ ਨੂੰ ਪ੍ਰੋਬਲਮ ਆਈ ਹੋਵੇ ਕੋਈ? ਨਹੀਂ। ਠੀਕ ਹੈ ਜੀ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਥੋੜ੍ਹਾ ਜਿਹਾ ਬਲੋਕ ਦਾ ਨਹੀਂ ਲਾਇਆ ਸੀ ਮਿਸਤਰੀਆਂ ਨੇ, ਮੈਂ 3-4 ਦਿਨ ਆਪ ਇਹਨਾਂ ਦੇ ਨਾਲ ਲੱਗ ਕੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ। ਠੀਕ ਹੈ ਜੀ, ਠੀਕ ਹੈ ਨਾ ਜੀ, ਅਤੇ ਬਹੁਤ ਹੀ ਆਸਾਨ ਕੰਮ ਹੈ ਜੀ ਬਲੋਕ ਦਾ। ਠੀਕ ਹੈ ਜੀ, ਹੋਰ ਕੋਈ ਰਾਏ ਦੇਣਾ ਚਾਹੋ ਸਰ? ਹੋਰ ਬਾਕੀ ਆ ਦੇਖੋ ਜੀ, ਅੰਦਰ ਖੜ੍ਹੇ ਆ ਹੁਣ, ਕਿੰਨਾ ਜਾਣੀ ਕਿ ਠੰਡਾ ਜੀ। ਠੀਕ ਹੈ ਨਾ ਜੀ, ਸਪਸ਼ਟ ਪਤਾ ਲੱਗਦਾ ਜੀ। ਹਾਂਜੀ ਹਾਂਜੀ ਜੀ, ਕਿੰਨੇ ਸਕੁਆਇਰ ਫੁੱਟ ਏਰੀਆ ਦੇ ਵਿੱਚ ਹੈ ਜੀ ਇਹ ਘਰ? ਇਹ ਜੀ ਕਮ ਸੇ ਕਮ ਉੱਪਰ ਥੱਲੇ 7000 ਸਕੁਏਅਰ ਫੁੱਟ ਆ ਜੀ। 7000 ਸਕੁਏਅਰ ਫੁੱਟ ਹਾਂਜੀ। ਆਹ ਦੇਖੋ ਪਲਸਤਰ ਦਿਖਾਉਣਾ ਤੁਹਾਨੂੰ, ਗਾਜ ਦੇ ਜੀ ਤੁਹਾਡਾ, ਸਾਡਾ ਕੰਮ ਵੀ ਸਪੈਸ਼ਲ ਹੈ ਜੀ। ਜੀ ਲਓ ਵੀ ਮੋਗੇ ਵਾਲੇ, ਉਹ ਮੋਗੇ 'ਚ ਚੱਲਦਾ ਜੀ ਆਪਣਾ ਠੇਕੇਦਾਰ ਜੀ ਕੰਮ? ਮੋਗੇ 'ਚ ਜੀ, ਜਿਹੜੇ ਵੀ ਮਿੱਤਰਾਂ ਨੇ ਜਾਂ ਬਲੋਕਾਂ ਨਾਲ ਹੀ ਕੰਮ ਸ਼ੁਰੂ ਕਰਨਾ ਤਾਂ ਵੀ ਬਾਈ ਉਹਨਾਂ ਨੂੰ ਮੌਕਾ ਦਿਓ, ਅਤੇ ਜੇ ਉਹ ਵੀ ਕਰਨਾ ਅਤੇ ਸੋਹਣਾ ਕੰਮ ਕੀਤਾ ਹੋਇਆ ਆਪਣੀ ਕੋਠੀ ਦਾ, ਖਾਸ ਕਰਕੇ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦਾ ਕੰਮ ਹੋਇਆ। ਆਵੇ ਤੁਹਾਨੂੰ ਗਾਜ ਲਾ ਕੇ ਦਿਖਾਉਣੇ ਅਸੀਂ ਜੀ, ਬਾਈ ਉੱਧਰੋਂ ਦਿਖਾ ਦਿਓ ਸਾਨੂੰ। ਲਓ ਜੀ ਜੀ, ਦੇਖਦੀ ਆ? ਬਿਲਕੁਲ ਜੀ ਬਿਲਕੁਲ, ਕਿਤੇ ਵੀ ਸਪੇਸ ਨਹੀਂ ਨਜ਼ਰ ਆ ਰਹੀ। ਆਹ ਦੇਖੋ, ਤਾਂ ਤੋਂ ਲੈ ਕੇ ਥੱਲੇ ਤੱਕ ਜੀ, ਆਹ ਦੇਖੋ ਨੋਟ ਨਹੀਂ ਲੰਘਦਾ ਬਾਈ ਦੀ। ਬਿਲਕੁਲ ਜੀ ਬਿਲਕੁਲ ਜੀ, ਸਾਡਾ ਕੰਮ ਸਾਰਾ ਸਪੈਸ਼ਲ ਹੀ ਹੈ ਜੀ ਜੀ। ਅਤੇ ਹੋਰ ਬਾਈ ਜੀ ਕੋਈ ਰਾਏ ਦੇਣਾ ਚਾਹੋ? ਬਸ ਮੈਂ ਤਾਂ ਇਹ ਕਹੂੰਗਾ ਜੀ, ਵੱਧ ਤੋਂ ਵੱਧ ਜਾਣੀ ਕਿ ਇੱਟ ਦਾ ਕੰਮ ਛੱਡ ਕੇ ਬਲੋਕ ਲਾਓ ਜੀ। ਠੀਕ ਹੈ ਬਾਈ ਜੀ, ਠੀਕ ਹੈ ਨਾ ਜੀ ਜੀ, ਇਹ 'ਚ ਖਰਚਾ ਵੀ ਬਹੁਤ ਮੇਨਟੇਨ ਹੈ, ਔਰ ਜੇ ਚੰਗਾ ਤੁਹਾਡੇ ਕੋਲ ਕਾਰੀਗਰ ਹੈਗਾ ਤਾਂ। ਠੀਕ ਹੈ ਜੀ, ਸਾਰੀਆਂ ਚੀਜ਼ਾਂ ਆਪਾਂ ਮੌਸਮ ਤੋਂ ਵੀ ਬਚ ਸਕਦੇ ਹਾਂ। ਹਾਂਜੀ, ਖਰਚੇ ਤੋਂ ਵੀ, ਟਾਈਮ ਤੋਂ ਵੀ, ਸਾਰੀਆਂ ਚੀਜ਼ਾਂ ਆਪਾਂ ਕਵਰ ਕਰ ਸਕਦੇ ਹਾਂ ਜੀ। ਬਿਲਕੁਲ, ਅੱਛਾ ਇਹ ਤਾਂ ਮੈਂ ਪਲਸਤਰ ਕਰ ਰਿਹਾ, ਅਦਰਵਾਈਜ਼ ਇਹਨੂੰ ਪਲਸਤਰ ਦੀ ਲੋੜ ਨਹੀਂ, POP ਪਲਸਤਰ ਵੀ ਹੋ ਸਕਦਾ ਜੀ। POP ਪਲਸਤਰ ਵੀ ਹੋ ਸਕਦਾ, ਠੀਕ ਹੈ ਜੀ, ਸਾਰੀਆਂ ਆਪਸ਼ਨ ਅਵੇਲੇਬਲ ਹੈਗੀਆਂ ਨੇ। ਹਾਂਜੀ ਜੀ, POP ਪਲਸਤਰ ਵੀ ਇਹਦੇ 'ਤੇ ਹੋ ਸਕਦਾ ਜੀ। ਅਤੇ ਬਾਈ ਜੀ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਵਧੀਆ ਲੱਗਿਆ ਤੁਸੀਂ ਇੰਨੀ ਜਾਣਕਾਰੀ ਦਿੱਤੀ। ਦੋਸਤੋ ਜੇਕਰ ਤੁਸੀਂ ਬਲੌਗ ਨਾਲ ਘਰ ਬਣਾਉਣਾ ਚਾਹੁੰਦੇ, ਬਾਈ ਹੋਰਾਂ ਦਾ ਨੰਬਰ ਆਪਾਂ ਸਕਰੀਨ 'ਤੇ ਦਿੱਤਾ ਹੈਗਾ, ਅਤੇ ਜੇ ਬਾਈ ਹੋਰਾਂ ਦਾ ਮੋਗੇ ਏਰੀਆ 'ਚ ਕੰਮ ਕਰਾਉਣਾ ਚਾਹੁੰਦੇ ਆ, ਤਾਂ ਬਾਈ ਹੋਰਾਂ ਦਾ ਵੀ ਨੰਬਰ ਆਪਾਂ ਦਿੱਤਾ ਹੋਇਆ, ਤਾਂ ਬਾਈ ਹੋਰਾਂ ਨਾਲ ਐਜ ਏ ਕੰਟਰੈਕਟਰ ਤੁਸੀਂ ਗੱਲਬਾਤ ਕਰ ਸਕਦੇ ਹੋ। ਧੰਨਵਾਦ ਦੋਸਤੋ।